ਦੱਸ ਦੇ ਕਿ ਇੱਕ ਪੁਲਿਸ ਮੁਲਾਜ਼ਮ ਰੰਗੇ ਹੱਥੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਮਿਲੀ ਜਾਣਕਾਰੀ ਅਨੁਸਾਰ ਇਸ ਦੇ ਵੱਲੋਂ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰਨ ਦੇ ਇੱਕ ਸ਼ਖਸ ਤੋਂ 4500 ਰੁਪਏ ਰਿਸ਼ਵਤ ਲਈ ਜਾ ਰਹੀ ਸੀ ਤਾਂ ਮੌਕੇ ਤੇ ਹੀ ਵਿਜੀਲੈਂਸ ਦੀ ਟੀਮ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਦੱਸ ਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸ਼ਖਸ ਨੇ ਵਿਜੀਲੈਂਸ ਦੀ ਟੀਮ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਨੇ ਥਾਣੇ ਦੇ ਵਿੱਚ ਕੇਸ ਦਰਜ ਕਰਵਾਇਆ ਸੀ ਤਾਂ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰਨ ਦੇ ਇਸ ਸ਼ਖਸ ਦੇ ਵੱਲੋਂ ਉਸ ਤੋਂ ਪਹਿਲਾਂ ਹੀ 20,500 ਰੁਪਏ ਰਿਸ਼ਵਤ ਲੈ ਲਈ ਗਈ ਸੀ ਤਾਂ ਇਸ ਦੇ ਵੱਲੋਂ ਫਿਰ 4500 ਰੁਪਏ ਦੀ ਹੋਰ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਸ਼ਖਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਤਾਂ ਜਦ ਇਹ ਉਸ ਮੁਲਾਜ਼ਮ ਨੂੰ ਰਿਸ਼ਵਤ ਦੇਣ ਲਈ ਜਾਂਦਾ ਹੈ ਤਾਂ ਮੌਕੇ 'ਤੇ ਹੀ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਅਤੇ ਇਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਇਸ ਦੇ ਵੱਲੋਂ ਚਲਾਨ ਪੇਸ਼ ਕਰਨ ਦੇ ਪੈਸੇ ਲਏ ਜਾ ਰਹੇ ਸੀ ਜਿਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੌਕੇ ਦੀਆਂ ਤਸਵੀਰਾਂ ਵੀ ਆਈਆਂ ਨੇ ਤਾਂ ਦੱਸ ਦਈਏ ਕਿ ਇਹ ਪੁਲਿਸ ਦੇ ਵਿੱਚ SI ਦੀ ਪੋਸਟ 'ਤੇ ਤਾਇਨਾਤ ਸੀ ਤਾਂ ਇੱਕ ਸ਼ਖਸ ਦੇ ਵੱਲੋਂ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੋਰਟ ਦੇ ਵਿੱਚ ਚਲਾਨ ਪੇਸ਼ ਕਰਨ ਦੇ ਇਸਨੇ 20,500 ਰੁਪਏ ਪਹਿਲਾਂ ਹੀ ਰਿਸ਼ਵਤ ਲਈ ਸੀ ਅਤੇ 4500 ਰੁਪਏ ਦੀ ਹੋਰ ਮੰਗ ਕਰ ਰਿਹਾ ਸੀ ਜਿਸ ਤੋਂ ਬਾਅਦ ਇਸ ਨੂੰ ਵਿਜੀਲੈਂਸ ਨੇ ਰੰਗੇ ਹੱਥੀ ਕਾਬੂ ਕਰ ਲਿਆ। ਇਹਨਾਂ ਦਾ ਕਹਿਣਾ ਹੈਗਾ 27/4/23 ਨੂੰ ਤਕਰੀਬਨ ਇੱਕ ਸਾਲ ਪਹਿਲਾਂ ਇਹਨਾਂ ਦੇ ਇਹ ਗਰੋਸਰੀ ਦੀ ਸ਼ੌਪ ਇਹਨਾਂ ਦੀ ਉੱਥੇ ਆਏ ਸੀ ਬੰਦੇ ਆ ਗਏ ਇਹਨਾਂ ਨੂੰ ਕੁੱਟਮਾਰ ਕੀਤੀ ਤੇਜ਼ ਧਾਰਾਂ ਹਥਿਆਰਾਂ ਨਾਲ ਔਰ ਉਸ ਤੋਂ ਬਾਅਦ ਇਹਨਾਂ ਦਾ ਫਿਰ ਦਾਖਲ ਦੂਖਲ ਹੋਏ ਫਿਰ ਇਹਨਾਂ ਦਾ ਤਕਰੀਬਨ ਇੱਕ ਮਹੀਨਾ ਕਿਸੇ ਨੇ ਬਿਆਨ ਬੂਨ ਨਹੀਂ ਲਏ ਕੋਈ ਪਰਚਾ ਪੁਰਚਾ ਨਹੀਂ ਹੋਇਆ ਫਿਰ ਇਹ ਕਮਿਸ਼ਨਰ ਸਾਹਿਬ ਦੇ ਇਹਨਾਂ ਨੇ ਦਰਖਾਸਤ ਦਿੱਤੀ ਉਸ ਤੋਂ ਬਾਅਦ ਮੁਕੱਦਮਾ ਦਰਜ ਹੋਇਆ ਸੀ 21/5/23 ਨੂੰ 45 ਨੰਬਰ ਥਾਣਾ ਜੋਧੇਵਾਲ ਇਹ ਗੁਰਪ੍ਰੀਤ ਸਿੰਘ ASI ਜਿਹੜਾ ਇਹਨੂੰ ਸ਼ੁਰੂ ਤੋਂ ਡੀਲ ਕਰ ਰਿਹਾ ਸੀਗਾ ਅਤੇ ਇਹਨਾਂ ਦਾ ਕਹਿਣਾ ਹੈਗਾ ਵੀ ਇਹ ਦੋਸ਼ੀ ਦਾਸ਼ੀ ਤਾਂ ਚਲੋ ਫੜੇ ਗਏ ਆ ਚਲਾਨ ਵਗੈਰਾ ਦੇਣ ਦੇ ਨਾਂ 'ਤੇ ਵੀ ਹੁਣ ਤੱਕ ਮੇਰੇ ਕੋਲ 20,000 ਰੁਪਇਆ ਲੈ ਚੁੱਕਾ ਥੋੜ੍ਹੇ ਥੋੜ੍ਹੇ ਕਰਕੇ ਅਤੇ ਇਹ ਕਹਿੰਦਾ ਮੈਂ ਕਾਫੀ ਪਰੇਸ਼ਾਨ ਹਾਂ ਅਤੇ ਕਾਫੀ ਅਪਸੈਟ ਸੀਗਾ ਅਤੇ ਹੁਣ ਕਹਿੰਦਾ ਦੁਬਾਰਾ 5,000 ਹੋਰ ਮੰਗ ਰਿਹਾ 500 ਇਹਨੇ ਦੇ ਦਿੱਤਾ ਸੀ ਉਹ ਕਹਿੰਦਾ ਹੁਣ ਤੇਰਾ 4500 ਰਹਿ ਗਿਆ ਇਹ ਦੇ ਜਾ ਅਤੇ ਤੇਰਾ ਫਿਰ ਮੈਂ ਅਦਾਲਤ ਵਿੱਚ ਚਲਾਨ ਦਊਂਗਾ ਉਹ ਫਿਰ ਆ ਕੇ ਉਹਨੇ ਅੱਜ ਸਾਨੂੰ ਸਾਰੀ ਗੱਲ ਦੱਸੀ ਸੀ ਔਰ ਇਹਦੀ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਔਰ ਇੱਕ ਟਰੈਪ ਟੀਮ ਤਿਆਰ ਕੀਤੀ ਹੈ ਔਰ ਇੰਸਪੈਕਟਰ ਸਾਡੇ ਵਿਜੀਲੈਂਸ ਦੇ ਇੰਸਪੈਕਟਰ ਕਰਮਜੀਤ ਕੌਰ ਹੈਗੇ ਨੇ ਅਤੇ ਉਹਨਾਂ ਨੇ ਫਿਰ ਜਾ ਕੇ ਰੰਗੇ ਹੱਥੀ ਇਹਨੂੰ ਗ੍ਰਿਫਤਾਰ ਕੀਤਾ ਔਰ 4500 ਰੁਪਏ ਲੈਂਦੇ ਨੇ ਇਹਨੂੰ ਗ੍ਰਿਫਤਾਰ ਕੀਤਾ ਔਰ ਸਰਕਾਰੀ ਗਵਾਂ ਦੀ ਹਾਜ਼ਰੀ 'ਚ ਔਰ ਥਾਣੇ ਦੇ ਨਜ਼ਦੀਕ ਹੀ ਇਹਨੇ ਉਹਨੂੰ ਕਿਤੇ ਟਾਈਮ ਦੇ ਦਿੱਤਾ ਸੀਗਾ ਪਹਿਲਾਂ ਇਹਨੇ ਥਾਣੇ ਬੁਲਾਇਆ ਸੀ ਫਿਰ ਉਹ ਕਹਿੰਦਾ ਨਹੀਂ ਤੂੰ ਬਾਹਰ ਆ ਜਾ ਅਤੇ ਉਹ ਫਿਰ ਇਹਨੂੰ ਪਹਿਲਾਂ ਉਹਦੇ ਮੁਤਾਬਕ ਕੋਈ 20,000 ਰੁਪਇਆ ਹੁਣ ਤੱਕ ਲੈ ਚੁੱਕਾ ਔਰ ਕਾਫੀ ਹੁਣ ਕਹਿੰਦਾ 5,000 ਹੋਰ ਮੰਗ ਰਿਹਾ ਸੀ 500 ਉਹਨੇ ਦੇ ਦਿੱਤਾ ਸੀ 4500 ਬੈਲੈਂਸ ਜਿਹੜਾ ਉਹ ਮੰਗ ਰਿਹਾ ਸੀ ਅੱਜ ਦਾ ਉਹਨੇ ਟਾਈਮ ਰੱਖਿਆ ਸੀਗਾ ਇਹਨੂੰ ਅਸੀਂ ਕੱਲ੍ਹ ਨੂੰ ਅਦਾਲਤ 'ਚ ਪੇਸ਼ ਕਰਾਂਗੇ ਬਾਕੀ ਜਿਹੜਾ 4500 ਰੁਪਇਆ ਉਹਨੇ ਦਿੱਤਾ ਉਹ ਤੁਹਾਡੇ ਤੋਂ ਫਿਰ ਪਾਊਡਰ ਲਵਾ ਕੇ ਦਿੱਤਾ ਹੈ ਦੇਖੋ ਜੀ 4500 ਰੁਪਇਆ ਸਾਡੇ ਜਦੋਂ ਪੇਸ਼ ਕਰਦੇ ਹੋ ਸਾਡਾ ਪ੍ਰੋਸੈਸ ਹੁੰਦਾ ਸਾਰਾ ਫਿਰ ਉਹ ਜਦੋਂ ਅਸੀਂ ਉਹ ਪੈਸੇ ਫੜੇ ਆ ਫਿਰ ਉਹਦੀ ਹੱਥ ਲਾਈ ਕੀਤੀ ਜਾਂਦੀ ਹੈ ਫਿਰ ਉਹਦੇ ਹੈਂਡ ਵਾਸ਼ ਜਦੋਂ ਕਰਦੇ ਹੋ ਪਾਣੀ ਦਾ ਰੰਗ ਤੁਹਾਡੇ ਪ੍ਰੋਸੀਜਰ ਦੇ ਮੁਤਾਬਕ ਕੀ ਹੋਇਆ ਪ੍ਰੋਸੀਜਰ ਮੁਤਾਬਕ ਤੇ ਮੁਲਾਜ਼ਮ ਜਿਹਨੇ ਗੁਰਪ੍ਰੀਤ ਤੁਸੀਂ ਕਹਿ ਰਹੇ ਹੋ ਇਹ ਵਰਦੀ 'ਚ ਸੀ ਜਾਂ ਵਿਦਆਊਟ ਵਰਦੀ ਇਹ ਵਰਦੀ ਵਿੱਚ ਸੀਗਾ ਵਰਦੀ ਸੀਗਾ ਔਰ ਥਾਣੇ ਦੇ ਨਜ਼ਦੀਕ ਹੀ ਸੀਗਾ ਪਹਿਲਾਂ ਥਾਣੇ ਸੀਗਾ ਫਿਰ ਇਹ ਥਾਣੇ ਦੇ ਨਜ਼ਦੀਕ ਹੀ ਇਹਨੇ ਟਾਈਮ ਦਿੱਤਾ ਸੀ ਉੱਥੇ ਫੜਿਆ ਗਿਆ